ਕਿਹਨੂੰ ਕਹਿੰਦੇ ਤੁਸੀਂ? ਮੋਦੀ ਸਾਹਿਬ। ਅਸੀਂ ਦੂਸਰੇ ਪਹਿਲੀ ਗੱਲ ਤਾਂ ਅਸੀਂ ਦੂਸਰੇ ਦੇਸ਼ਾਂ ਦੇ ਕਾਰਨਰ ਪਰ ਬੈਠੇ ਹਾਂ ਜੀ। ਉਹਨਾਂ ਨੂੰ ਚਾਹੀਦਾ ਵਾ ਵੀ ਉਹ ਇੰਡੀਆ ਦਾ ਐਪ ਜਿਹੜਾ ਲਾਂਚ ਕਰਨ ਅਤੇ ਵੀ ਉਹ ਪੈਸਾ ਪੰਜਾਬ ਦੇ ਵਿੱਚ ਰਹੇ, ਹੋਰ ਦੇਸ਼ਾਂ 'ਚ ਨਾ ਜਾਵੇ। ਇਕੱਲਾ ਟਿਕਟੋਕ ਨਹੀਂ, ਸ਼ਾਇਦ 59 ਐਪਾਂ ਹੋਰ ਵੀ ਆ ਜਿਹੜੀਆਂ ਬੰਦ ਕੀਤੀਆਂ ਜਾ ਰਹੀਆਂ ਵਾ। ਅਤੇ ਚਲੋ ਇਹਦੇ ਨਾਲ ਨਾਲ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਭਾਰਤ ਦੇ ਵਿੱਚ ਹੋਰ ਵੀ ਬਹੁਤ ਸਾਰਾ ਸਮਾਨ ਵਿਕ ਰਿਹਾ ਵਾ ਚਾਈਨਾ ਦਾ, ਸੋ ਉਹਨੂੰ ਵੀ ਜ਼ਰੂਰ ਬੰਦ ਕੀਤਾ ਜਾਵੇ। ਟਿਕਟੋਕ ਇੱਕ ਅਜਿਹੀ ਐਪ ਹੈ ਜਿਸਨੇ ਦੇਸ਼ ਦੇ ਕੋਨੇ ਕੋਨੇ ਵਿੱਚੋਂ ਹੁਨਰ ਨੂੰ ਬਾਹਰ ਕੱਢ ਕੇ ਲਿਆਂਦਾ ਅਤੇ ਇੱਕ ਪਹਿਚਾਣ ਦਿੱਤੀ। ਪਰ ਹਰ ਕੋਈ ਇਹ ਜਾਣਦਾ ਹੈ ਕਿ ਟਿਕਟੋਕ ਇੱਕ ਚਾਈਨੀਜ਼ ਐਪ ਹੈ ਅਤੇ ਇਹ ਗੱਲ ਵੀ ਲੁਕੀ ਹੋਈ ਨਹੀਂ ਹੈ ਕਿ ਚਾਈਨਾ ਨੇ ਸਾਡੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ, ਜਿਸ ਦੇ ਚੱਲਦਿਆਂ ਭਾਰਤ ਸਰਕਾਰ ਦੁਆਰਾ ਇਹ ਫੈਸਲਾ ਲਿਆ ਗਿਆ ਕਿ ਚਾਈਨਾ ਦੀਆਂ ਐਪਸ ਨੂੰ ਇੰਡੀਆ ਵਿੱਚ ਬੈਨ ਕੀਤਾ ਜਾਵੇ, ਜਿਸ ਦੇ ਸਿੱਟੇ ਵਜੋਂ ਭਾਰਤ ਵਿੱਚ ਟਿਕਟੋਕ ਸਮੇਤ 59 ਐਪਸ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ। ਦੱਸ ਦਈਏ ਕਿ ਟਿਕਟੋਕ ਦੇ ਨਾਲ ਭਾਰਤ ਵਿੱਚ ਬਹੁਤ ਸਾਰੇ ਲੋਕ ਮਸ਼ਹੂਰ ਹੋਏ ਸੀ। ਟਿਕਟੋਕ ਦੇ ਬੈਨ ਹੋਣ ਦੇ ਨਾਲ ਟਿਕਟੋਕ ਸਟਾਰਸ ਦੇ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਟਿਕਟੋਕ ਤੋਂ ਮਸ਼ਹੂਰ ਹੋਈ ਪਿੰਡ ਭਿੰਡਰ ਕਲਾ ਦੀ ਲੜਕੀ ਨੂਰਪ੍ਰੀਤ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਟਿਕਟੋਕ ਦੀ ਜਗ੍ਹਾ ਤੇ ਕੋਈ ਹੋਰ ਐਪ ਚਲਾਉਣ। ਚਲੋ ਮੋਦੀ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ, ਨਵਾਂ ਐਪ ਚਲਾਓ, ਟਿਕਟੋਕ ਨਾ ਬੰਦ ਕੀਤਾ ਜਾਵੇ। ਜੇ ਬੰਦ ਕਰਨਾ ਤਾਂ ਨਵਾਂ ਐਪ ਚਲਾਓ। ਜੇ ਬੰਦ ਕਰਨਾ ਤਾਂ ਨਵਾਂ ਐਪ ਚਲਾਓ। ਸਾਡੇ ਘਰ ਬੰਦਾ ਟਿਕਟੋਕ ਦੇ ਜਰੀਏ ਮੋਦੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਆ? ਟਿਕਟੋਕ ਨਾ ਬੰਦ ਕਰੋ, ਜੇ ਕਰਨਾ ਤਾਂ ਐਪ ਹੋਰ ਚਲਾਓ। ਇਸ ਦੇ ਨਾਲ ਹੀ ਜਦੋਂ ਸੰਦੀਪ ਸਿੰਘ ਤੂਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਟਿਕਟੋਕ ਦੇ ਬੰਦ ਹੋਣ ਦਾ ਦੁੱਖ ਜ਼ਰੂਰ ਹੈ, ਪਰ ਉਹਨਾਂ ਨੂੰ ਸਰਕਾਰ ਦੁਆਰਾ ਚੁੱਕੇ ਗਏ ਇਸ ਕਦਮ ਦੀ ਖੁਸ਼ੀ ਵੀ ਹੈ। ਅਤੇ ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਅਜਿਹੀ ਹੋਰ ਐਪ ਲਾਂਚ ਕਰਨ ਦੀ ਅਪੀਲ ਕੀਤੀ। ਸੰਦੀਪ ਜੀ, ਅੱਜ ਜਿਹੜਾ ਟਿਕਟੋਕ ਬੰਦ ਕੀਤਾ ਗਿਆ ਸਰਕਾਰ ਵੱਲੋਂ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਸਰਕਾਰ ਨੇ ਵੇਖੋ ਜੀ ਸੋਚ ਸਮਝ ਕੇ ਫੈਸਲਾ ਲਿਆ ਵੀ ਟਿਕਟੋਕ ਜਿਹੜਾ ਬੈਨ ਕੀਤਾ ਜਾਣਾ, ਹੈ ਨਾ। ਪਰ ਅਸੀਂ ਦੇਖੋ ਜੀ ਟਿਕਟੋਕ ਨੂੰ ਮਾੜਾ ਨਹੀਂ ਕਹਿੰਦੇ। ਟਿਕਟੋਕ ਤੋਂ ਅੱਜ ਸਾਨੂੰ ਸਾਰਾ ਕੁਛ ਮਿਲਿਆ, ਅੱਜ ਪੈਸਾ ਵੀ ਮਿਲਿਆ, ਬੱਚਾ ਨੂਰ ਆ, ਉਹ ਬੱਚਾ ਬਿਲਕੁਲ ਆ, ਉਹਨੇ ਘਰ ਰੋਟੀ ਵੀ ਨਹੀਂ ਪੱਕਦੀ ਸੀ, ਅੱਜ ਉਹ ਪਰਮਾਤਮਾ ਦੀ ਕਿਰਪਾ ਨਾਲ ਉਹ ਘਰ ਰੋਟੀ ਵਧੀਆ ਖਾਣ ਲੱਗ ਗਏ, ਅੱਜ ਉਹਨਾਂ ਦਾ ਘਰ ਵੀ ਬਣ ਜਾਣਾ, ਪੈਸਾ ਵੀ ਮਿਲ ਗਿਆ ਉਹਨਾਂ ਨੂੰ। ਪਰ ਅਸੀਂ ਟਿਕਟੋਕ ਨੂੰ ਮਾੜਾ ਨਹੀਂ ਕਹਿੰਦੇ ਅਤੇ ਉਹ ਟਿਕਟੋਕ ਪਤਾ ਨਹੀਂ ਕੀ ਸਮਝ ਕੇ ਸੋਚ ਕੇ ਉਹ ਜਿਹੜੇ 59 ਐਪ ਜਿਹੜੇ ਉਹ ਬੈਨ ਕੀਤੇ ਆ, ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਜੋ ਬੈਨ ਕਰਨੇ ਹੀ ਆ ਇੰਡੀਆ ਦੇ ਵਿੱਚ, ਅਤੇ ਉਹ ਸਾਡਾ ਜਿਹੜਾ ਅਸੀਂ ਦੂਸਰੇ ਪਹਿਲੀ ਗੱਲ ਤਾਂ ਅਸੀਂ ਦੂਸਰੇ ਦੇਸ਼ਾਂ ਦੇ ਕਾਰਨਰ ਪਰ ਬੈਠੇ ਹਾਂ ਜੀ। ਉਹਨਾਂ ਨੂੰ ਚਾਹੀਦਾ ਵਾ ਵੀ ਉਹ ਇੰਡੀਆ ਦੇ ਐਪ ਜਿਹੜਾ ਲਾਂਚ ਕਰਨ ਅਤੇ ਵੀ ਉਹ ਪੈਸਾ ਪੰਜਾਬ ਦੇ ਵਿੱਚ ਰਹੇ, ਹੋਰ ਦੇਸ਼ਾਂ 'ਚ ਨਾ ਜਾਵੇ, ਬਸ ਇਹੀ ਕਹਿੰਦੇ। ਸੰਦੀਪ ਜੀ, ਜਿਵੇਂ ਐਪ ਤਾਂ ਇਹਨਾਂ ਨੇ ਕਰਤੇ ਜਿਹੜੇ ਬੰਦ ਕਰਤੇ ਆ, ਪਰ ਸਨਮਾਨ ਚੈਨਲ ਦਾ ਹੋਰ ਵੀ ਬਹੁਤ ਆ ਰਿਹਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਹਾਂਜੀ, ਉਹ ਤੁਹਾਡੀ ਵੀ ਗੱਲ ਬਹੁਤ ਸਹੀ ਆਈ, ਹੁਣ ਜਿਵੇਂ ਆਪਾਂ ਕਹਿ ਦਈਏ ਵੀ ਐਪਾਂ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ, ਵੀ ਹੋਰ ਵੀ ਚੈਨਲ ਦੇ ਕਿੰਨੀਆਂ ਸਮਾਨ ਆ ਰਿਹਾ, ਖਾਣ ਪੀਣ ਵਿੱਚ ਸਮਾਨ ਆ ਰਿਹਾ, ਖਾਣ ਵਾਲੇ ਆ ਰਹੇ ਆ, ਕੋਈ ਬਲਬ ਆ ਰਿਹਾ, ਲਾਈਟਾਂ ਆ ਰਹੀਆਂ, ਬਹੁਤ ਕੁਛ ਚੈਨਲ ਦਾ ਸਮਾਨ ਆਉਂਦਾ, ਉਹਨਾਂ ਨੂੰ ਵੀ ਬੈਨ ਕਰਨਾ ਚਾਹੀਦਾ ਜੀ। ਹੁਣ ਤੱਕ ਕਿੰਨੀਆਂ ਵੀਡੀਓ ਜਿਹੜੀਆਂ ਤੁਸੀਂ ਟਿਕਟੋਕ 'ਤੇ ਬਣਾ ਕੇ ਪਾ ਚੁੱਕੇ? ਅਸੀਂ ਜੀ 700 ਦੇ ਲਾਗੇ ਤਾਂ ਅੱਗੇ ਵੀਡੀਓ ਅਪਲੋਡ ਕਰਦੀ ਹੈ। ਤੁਹਾਡਾ ਇਹ ਵੀ ਪਤਾ ਲੱਗਿਆ ਜਿਹੜੇ ਤੁਹਾਡੀ ਵੀਡੀਓ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਟਿਕਟੋਕ ਦੇ ਜ਼ਰੀਏ, ਅਤੇ ਆ ਜਿਹੜਾ ਤੁਹਾਨੂੰ ਜਿਹੜਾ ਟਿਕਟੋਕ ਬੰਦ ਹੋਣਾ, ਇਹਦੇ ਬਾਰੇ ਕਿੱਦਾਂ ਲੱਗਦਾ? ਬਈ ਕੋਈ ਬਹੁਤ ਹੈ ਤਾਂ ਦੁੱਖ ਦੀ ਗੱਲ ਆ, ਇਹ ਚਲੋ ਸਾਡੀ ਉੱਥੇ ਪਹਿਚਾਣ ਬਣੀ ਸੀ, ਲੋਕ ਸਾਨੂੰ ਪਸੰਦ ਕਰਦੇ ਸੀ, ਹਜ਼ਾਰਾਂ ਦੀ ਗਿਣਤੀ 'ਚ, ਕਰੋੜਾਂ ਦੀ ਗਿਣਤੀ 'ਚ ਸਾਨੂੰ ਉੱਥੇ ਲੋਕ ਦੇਖਦੇ ਸੀਗੇ, ਅਤੇ ਇਹਦੇ ਵੈਸੇ ਸਾਡੇ ਲਈ ਬਹੁਤ ਵੱਡਾ ਝਟਕਾ ਵੈ ਇਹ, ਅਤੇ ਚਲੋ ਕੋਈ ਗੱਲ ਨਹੀਂ, ਜਿੱਦਾਂ ਸਰਕਾਰ ਨੂੰ ਸਹੀ ਲੱਗਦਾ ਉੱਦਾਂ ਉਹ ਕਰਨ, ਪਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਉਹ ਉੱਦਾਂ ਦਾ ਐਪ ਜਿਹੜਾ ਉਹ ਇੰਡੀਆ ਦੇ ਵਿੱਚ ਲਾਂਚ ਕਰਨ ਅਤੇ ਅਸੀਂ ਉੱਥੇ ਆਪਦਾ ਕੰਮ ਸ਼ੁਰੂ ਕਰਾਂਗੇ। ਟਿਕਟੋਕ ਸਟਾਰ ਵਰਨ ਅਟਵਾਲ ਨੇ ਸਰਕਾਰ ਦੇ ਇਸ ਚੁੱਕੇ ਗਏ ਕਦਮ ਦੀ ਤਾਰੀਫ ਕੀਤੀ ਅਤੇ ਨਾਲ ਹੀ ਚਾਈਨਾ ਦੇ ਹੋਰ ਪ੍ਰੋਡਕਟਸ ਜੋ ਕਿ ਭਾਰਤ ਵਿੱਚ ਆਉਂਦੇ ਨੇ ਨੂੰ ਬੈਨ ਕਰਨ ਦੀ ਮੰਗ ਕੀਤੀ। ਵਰਨਦੀਪ ਸਿੰਘ ਜੀ, ਵਰਨ ਜੀ, ਜਿਵੇਂ ਭਾਰਤ ਸਰਕਾਰ ਵੱਲੋਂ ਟਿਕਟੋਕ ਬੈਨ ਕੀਤਾ ਗਿਆ, ਤੁਸੀਂ ਕੀ ਕਹਿਣਾ ਚਾਹੋਗੇ?
देखो जी, चलो सरकार ने जो फैसला लिया था कोई सोच समझ के ही फैसला लिया गया लिया होगा। कला टिकटॉक नहीं, शायद 59 ऐपा होर भी जिहड़ियां बंद कीतियां जा रही वा। तो चलो ये सरकार को यह भी कहना चाहते हैं कि भारत के होर भी बहुत सारा समान वेक रहा वा चाइना का, सो उन्हों भी जरूर बंद किया जाए। तो बाकी अपन जिहड़ियां भारत के जिहड़ियां वो चीज़ा बनाई जाए कि जेडे भारत के चीज़ा विकनगियां, तो नाले तो सरकार को फायदा होगा तो नाल साडे इत्थे जिहड़े नौजवान बेरोजगार फिरदे आ उन्हां नूं भी मतलब उन्हां रुजगार मिलेगा। सो यही चीज़ा कहना चाहते हैं कि बाकी टिकटॉक बंद होया वा, उहदे नाल नाल टैपां होर भी बंद हुई वा, तो जिहड़ा नाल समान होर भी चाइना दा रहा वो जरूर बंद किया जाए। तुसीं की समझते हो सरकार वालों जिहड़े कदम चुके गए 59 टैप बंद किए गए बहुत है जिहड़ा गलवान घाटी च होया? देखो वैसे तो यह जिहड़ा गुलवाम घाटी के जिहड़ा मसला कांड होया सारा उहदे विच अपने जिहड़े 20 जवान शहीद होया बहुत दुख की गल आ। तो बाकी सरकार ने भी कुछ सोच समझ के उहदे ते फैसला लिया वा, सरकार ने आई थिंक वधिया ही सोच के फैसला लिया वा। बट उन्हां जवानां दे नाल चलो जिहड़ा ऐपां बंद कीतियां रहियां, मेन चीज़ यह आ उन्हां ऐपां विच रोज़ लोड़ आउण वालियां ऐपां भी सीगियां, चलो वह भी बंद हो रही, पर जिहड़ा होर समान आ रहा चाइना दा वो जरूर बंद किया जाए। कल्लियां ऐपां बंद करना जिहड़ा वो चीन नाल मतलब वो कहणगे इहदे नाल मसला हल नहीं हुंदा। वरन जी, इस टिकटॉक जरिए किसी का खास फायदा होया होवे कि तुहाडे नाल टीम दे मैंबर दा? जी, साडी टीम दा बहुत खास फायदा होया। साडी टीम विच जिहड़े नूर टिकटॉक स्टार आ उहनां दे परिवार की बहुत हैल्प हुई है, क्योंकि वो एक गरीब परिवार तो सी ते उहदा घर बन गया वा, परिवार नूं काफ़ी हैल्प हुई आ, बाहर NI भरावां वल्लों काफ़ी फाइनैंशियली हैल्प हुई आ, तो सरकार वालों भी उन्होंने 5 लाख रुपया मिलया वा। सो बहुत खुशी हुई है इस चीज़ की कि एक गरीब परिवार की हैल्प हुई है टिकटॉक के जरिए। सरकार तो होर की मंग है? सरकार तो यही मंग है जी कि इंडिया के टिकटॉक के वर्गी एक ऐप जरूर लॉन्च की जाए ता कि जो हरेक वर्ग के लोगों है ना अपना टैलेंट दिखाने का मौका जरूर मिले, क्योंकि सौखा नहीं होंदा गा इंडस्ट्री दे विच जाना, है ना जिदा बॉलीवुड हॉलीवुड बॉलीवुड दे विच जाना सौखा नहीं गा। तो ये एक प्लेटफॉर्म ऐसा सीगा जिदे विच हर एक आदमी हर एक मतलब पिंड तो लैके कह लो बच्चे तो लैके बजुर्ग तक अपने अंदर का जिहड़ा टैलेंट आ उहनूं दुनिया के सामने लिया सकदा सी। सो इदां दी एक ऐप इंडिया दे विच जरूर इंडियन ऐप लॉन्च होनी चाहीदी आ जिहदे नाल कि लोगों का जिहड़ा हौसला वा वो ना टुटे। वरन जी, एक थोड़े टिकटॉक के जरिए मैं कहना चाहना कि एक पहला बच्चा होगा जिहदे नाल पंजाब दे मुख्यमंत्री ने गल की होगी कि मानदे टिकटॉक नाल ही होया? जी हाँ जी हाँ, बिल्कुल टिकटॉक दे ही वीडियो अपलोड करनियां शुरू कीतियां सी, उही वीडियो दे बदौलत जिहड़ी साडी टीम दा कॉन्टैक्ट CM साहब नाल होया वा। तो बहुत वड्डी गल आ, छोटी गल नहीं हैगी, तो सानू बहुत खुशी हुंदी आ जी टिकटॉक दे जरिए सानू इन्ना प्यार मिलिया। सो टिकटॉक बंद हो रहा सानू इस चीज़ का दुख भी आ। ਇੱਥੇ ਇਹ ਦੱਸਣਾ ਲਾਜ਼ਮੀ ਹੈ ਕਿ ਬੀਤੇ ਮਹੀਨੇ ਚੀਨੀ ਫੌਜੀਆਂ ਨੇ ਭਾਰਤੀ ਕੰਟਰੋਲ ਰੇਖਾ ਨੂੰ ਲੰਘ ਕੇ ਹਮਲਾਵਰ ਰੁਖ ਅਪਣਾਇਆ ਸੀ ਤੇ ਵੱਡੀ ਗਿਣਤੀ ਵਿੱਚ ਚੀਨੀ ਫੌਜੀਆਂ ਨੇ ਗਲਵਾਨ ਘਾਟੀ ਸਮੇਤ ਭਾਰਤ ਦੀਆਂ ਕਈ ਥਾਵਾਂ ਤੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਵਿੱਚ ਹਿੰਸਕ ਝੜਪ ਹੋਈ ਜਿਸ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ, ਜਿਸ ਤੋਂ ਬਾਅਦ ਵੀ ਚੀਨੀ ਫੌਜ ਨੂੰ ਸਬਰ ਨਹੀਂ ਆਇਆ ਤੇ ਉਹਨਾਂ ਨੇ ਭਾਰਤ ਦਾ ਇੱਕ ਹੋਰ ਜਵਾਨ ਸ਼ਹੀਦ ਕਰ ਦਿੱਤਾ। ਸਿਰਫ ਇੰਨਾ ਹੀ ਨਹੀਂ, ਚੀਨ ਦੁਆਰਾ ਫੈਲਾਏ ਗਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ ਤੇ ਭਾਰਤ ਵੀ ਇਸ ਦੇ ਕਹਿਰ ਤੋਂ ਬਚ ਨਾ ਸਕਿਆ। ਚੀਨ ਦੇ ਅਜਿਹੇ ਵਰਤਾਓ ਨੂੰ ਦੇਖਦਿਆਂ ਹਰ ਇੱਕ ਨਾਗਰਿਕ ਦਾ ਭਾਰਤੀ ਹੋਣ ਦੇ ਨਾਤੇ ਇਹ ਫਰਜ਼ ਬਣਦਾ ਹੈ ਕਿ ਉਹ ਚੀਨ ਤੋਂ ਆਉਣ ਵਾਲੀ ਕਿਸੇ ਵੀ ਚੀਜ਼ ਦਾ ਇਸਤੇਮਾਲ ਨਾ ਕਰਨ ਤੇ ਸਰਕਾਰ ਦੁਆਰਾ ਚੁੱਕੇ ਗਏ ਇਸ ਕਦਮ ਵਿੱਚ ਸਰਕਾਰ ਦਾ ਸਾਥ ਦੇਣ ਤੇ ਟਿਕਟੌਕ ਸਟਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰ ਦਾ ਇਸ ਕਦਮ ਵਿੱਚ ਸਾਥ ਦੇਣ। ਬਿਊਰੋ ਰਿਪੋਰਟ, ਰੰਗਲਾ TV। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਰੰਟੀ ਦੇ ਨਾਲ ਕਰਾਓ।
पुराने तो पुराना जादू जड़ तो खत्म। संपर्क करो 97817 71 820।